ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਜੱਗੀ ਸਿੰਘੜਾ। ਸਾਡਾ ਗਾਣਾ ਹੈ ਜੀ ਪ੍ਰਾਹੁਣਾ, ਅਤੇ ਉਹਦੇ ਥੱਲੇ ਮਤਲਬ ਮੈਂ ਕਮੈਂਟ ਪੜ੍ਹੇ ਅਤੇ ਉਹਦੇ ਲਿਖਿਆ ਹੋਇਆ ਕਿ ਮਨਕਿਰਤ ਨੂੰ ਜੱਗੀ ਨੇ ਰਿਪਲਾਈ ਕੀਤਾ। ਪਹਿਲੀ ਗੱਲ ਵੀਰੇ, ਮਨਕਿਰਤ ਨਾਲ ਮੇਰਾ ਕੋਈ ਰੌਲਾ ਨਹੀਂ ਹੈਗਾ ਭਰਾ। ਮਨਕਿਰਤ ਆਪਣਾ ਸਟਰਗਲ ਟਾਈਮ ਤੋਂ ਅਸੀਂ ਇਕੱਠੇ ਸੀਗੇ। ਮਨਕਿਰਤ ਵੀਰੇ ਨਾਲ ਬਹੁਤ ਟਾਈਮ ਦਾ ਪਿਆਰ ਆ ਮੇਰਾ, ਹੈ ਨਾ, ਅਤੇ ਮੈਂ ਮਤਲਬ ਕਦੇ ਵੀ ਨਹੀਂ ਸੋਚੂਗਾ ਕਿ ਮਨਕਿਰਤ ਵੀਰੇ ਲਈ ਰਿਪਲਾਈ ਲਿਖਾਂ। ਪਹਿਲੀ ਗੱਲ, ਮੈਂ ਰਿਪਲਾਈ ਨਾ ਲਿਖਿਆ ਨਾ ਜ਼ਿੰਦਗੀ 'ਚ ਲਿਖਣੇ ਆ, ਅਤੇ ਇਹ ਗੱਲ ਕਲੀਅਰ ਆ। ਅਤੇ ਨੰਬਰ ਦੋ, ਕਈ ਬੰਦੇ ਕਹਿੰਦੇ ਆ ਯਾਰ ਵੀ ਤੂੰ ਗਾਣਾ ਵੈਲੀਆਂ 'ਤੇ ਐਂ ਲਿਖਤਾ ਐਂ ਲਿਖਤਾ। ਮੈਂ ਬਾਈ ਮਤਲਬ ਹਰੇਕ ਬੰਦੇ ਦੀ ਥਿੰਕਿੰਗ ਹੁੰਦੀ ਆ ਕਿ ਗਾਣੇ ਮਤਲਬ ਹਰੇਕ ਟੋਪਿਕ ਅਲੱਗ ਅਲੱਗ ਟੋਪਿਕ ਆਉਂਦੇ। ਦੇਖੋ ਜਿੱਦਾਂ ਹੁਣ ਪਿੱਛੇ ਵੈਲੀਆਂ ਵਾਲੇ ਗਾਣੇ ਚੱਲੇ, ਹੈ ਨਾ, ਕਿੰਨਾ ਦੌਰ ਆਇਆ ਸੀ ਵੈਲੀਆਂ ਵਾਲੇ ਗਾਣੇ। ਸੋ ਹਰੇਕ ਬੰਦਾ ਕਹਿੰਦਾ ਯਾਰ ਮੈਂ ਵੀ ਲਿਖਾਂ। ਸੋ ਮੇਰੇ ਵੀ ਅੰਦਰ ਸੀ ਯਾਰ ਆਪਾਂ ਵੀ ਲਿਖ ਲੈਂਦੇ, ਹੈ ਨਾ, ਕਿੱਡੀ ਗੱਲ। ਸੋ ਮੈਂ ਵੀ ਗਾਣਾ ਲਿਖਿਆ ਪਹਿਲਾਂ, ਮੈਂ ਵੀ ਪਹਿਲਾਂ ਹੀ ਗਾਣਾ ਹੋਣਾ ਮੇਰਾ ਵੈਲੀਆਂ ਵਾਲਾ, ਅਤੇ ਇਹ 'ਤੇ ਰੌਲਾ ਪੈ ਗਿਆ ਅਤੇ ਗੱਲ ਬਣੀ ਕਿ ਇੱਕ ਕਮੈਂਟ ਆਉਣ ਲੱਗ ਗਏ। ਮੈਂ ਤੁਹਾਨੂੰ ਬਾਈ ਇਹੀ ਗੱਲ ਕਹਿਣਾ ਕਿ ਇਹ ਇੰਟਰਟੇਨਮੈਂਟ ਲਈ ਲਿਖਿਆ ਸੀ ਮੈਂ ਗਾਣਾ, ਕੋਈ ਕਿਸੇ ਲਈ ਲਾ ਕੇ ਨਹੀਂ ਗੱਲ ਕੀਤੀ। ਸੋ ਪਲੀਜ਼ ਬਾਈ, ਤੁਸੀਂ ਮਤਲਬ ਮੈਂ ਦੇਖਿਆ ਯੂਟਿਊਬ 'ਤੇ, ਹੈ ਨਾ, ਕਮੈਂਟ ਹੋਏ ਪਏ ਨੇ ਜਾਂ ਥੋੜ੍ਹੇ ਬਹੁਤ ਹੋਰ ਸਾਈਟਾਂ ਸੂਟਾਂ 'ਤੇ ਪਿਆ ਹੋਇਆ ਕਿ ਜੱਗੀ ਸਿੰਘ ਨੇ ਰਿਪਲਾਈ ਕੀਤਾ ਮਨਕਿਰਤ ਵੀਰੇ ਨੂੰ। ਸੋ ਬਾਈ, ਮੇਰਾ ਇੱਦਾਂ ਦਾ ਕੋਈ ਏਮ ਨਹੀਂ ਸੀਗਾ ਕਿ ਮਨਕਿਰਤ ਵੀਰੇ ਨੂੰ ਹਰਟ ਕਰਾਂ ਜਾਂ ਕਿਸੇ ਹੋਰ ਪਰਸਨ ਨੂੰ ਹਰਟ ਕਰਾਂ, ਹੈ ਨਾ। ਸੋ ਵੀਰ ਬਣ ਕੇ ਇੱਦਾਂ ਦੀਆਂ ਚੀਜ਼ਾਂ ਤੁਸੀਂ ਗ੍ਰੇ ਰੱਖਿਆ ਕਰੋ, ਅਤੇ ਮਤਲਬ ਲੜਾਈ ਵਾਲਾ ਕੰਮ ਹੋ ਜਾਂਦਾ ਤੁਸੀਂ, ਠੀਕ ਹੈ ਬਾਈ। ਸੋ ਕਿਰਪਾ ਕਰਕੇ ਬਾਈ ਅੱਗੇ ਤੋਂ ਥੋੜ੍ਹਾ ਧਿਆਨ ਰੱਖਿਓ ਸਾਰੇ ਜਾਣੇ, ਅਤੇ ਬਾਕੀ ਜਿੱਦਾਂ ਬਾਈ ਹੁਣ ਤੱਕ ਅਸੀਂ ਮਿਹਨਤ ਨਾਲ ਪਹੁੰਚਿਆ, ਨਾ ਕਿ ਇੱਦਾਂ ਬਾਈ ਕੰਟਰੋਵਰਸੀ ਅਸੀਂ ਫਸਣਾ ਚਾਹੁੰਦੇ ਹਾਂ, ਨਾ ਫਸਿਆ, ਠੀਕ ਹੈ। ਨੈੱਟ ਵਾਲੇ ਚੂਹੇ ਨਹੀਂ ਹੈਗੇ, ਆਪਾਂ ਮਿਹਨਤ ਨਾਲ ਆਇਆ ਅਤੇ ਮਿਹਨਤ ਨਾਲ ਹੀ ਅੱਗੇ ਜਾਣਾ ਬਾਈ। ਕਿਸੇ ਨੂੰ ਰਿਪਲਾਈ ਲਿਖ ਕੇ ਜਾਂ ਰਿਪਲਾਈ ਕਰਕੇ ਆਪਾਂ ਉਹ ਕੰਮ ਨਹੀਂ ਕਰਨਾ। ਸੋ ਬਾਈ, ਤੁਸੀਂ ਅੱਗੇ ਵੀ ਪਿਆਰ ਬਣਾਈ ਰੱਖਿਆ, ਅੱਗੇ ਵੀ ਬਣਾਈ ਰੱਖਣਾ। ਸੋ ਇਹੀ ਕਹਿੰਦਾ ਹੋਇਆ ਬਾਈ, ਜੇ ਕਿਸੇ ਨੂੰ ਬੁਰਾ ਲੱਗਿਆ ਜਾਂ ਕੁਛ ਕੋਈ ਚੀਜ਼ ਗਲਤ ਲੱਗੀ, ਸੋ ਅੱਗੇ ਤੋਂ ਬਾਈ ਇੱਦਾਂ ਦੀ ਚੀਜ਼ਾਂ ਤੋਂ ਅਸੀਂ ਵੀ ਥੋੜ੍ਹਾ ਜਿਹਾ ਮਤਲਬ ਕਿਨਾਰਾ ਕਰਾਂਗੇ ਕਿ ਇੱਦਾਂ ਦੇ ਨਾ ਗਾਣੇ ਕਰੀਏ, ਅਤੇ ਬਾਕੀ ਤੁਸੀਂ ਬਾਈ ਪਿਆਰ ਬਣਾਈ ਰੱਖਿਓ। ਥੈਂਕ ਯੂ ਸਰ, ਸਤਿ ਸ਼੍ਰੀ ਅਕਾਲ।